ਫਿਰ ਸਰਦਾਰ ਭਗਵੰਤ ਸਿੰਘ ਜੀ ਤੰਗੇੜਾ ਉਹਨਾਂ ਨੇ ਇਸ ਵਾਰ ਯਤਨ ਕੀਤਾ ਕਿ ਜਿਹੜਾ ਨਗਰ ਕੀਰਤਨ ਆਪਾਂ ਕਰ ਲਈਏ। 2 ਘੰਟੇ ਪਹਿਲਾਂ ਸੰਗਤ ਨੇ ਨਗਰ ਕੀਰਤਨ ਆਰੰਭ ਹੋਇਆ ਤੇ ਰਾਤੀ 10 ਵਜੇ ਨਗਰ ਕੀਰਤਨ ਸਮਾਪਤ ਹੋਇਆ। ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਕਰਾਇਆ ਜਨ ਆਵਣ ਕਾ ਇਹ ਸਹਾਉ ਜਨ ਕੈ ਸੋਚ ਲਿਆਵੇ ਨਾ ਆਪ ਮੁਖ ਤੋਂ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਜਨਮ ਮਰਨ ਜੋ ਮੈਂ ਨਾਈ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਆਏ ਹਰ ਸੂ ਲੈਣ ਮਿਲਾਏ ਸੋ ਆਪ ਜੀ ਦਰਸ਼ਨ ਦਾਰੇ ਕਰ ਲਿਓ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿੱਥੇ ਬਹੁਤ ਸੋਹਣੀ ਸੰਗਤਾਂ ਵੱਲੋਂ ਐਸ ਜੀ ਪੀ ਸੀ ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਮਾਗਮ ਨੂੰ ਲਿਖੇ ਗਏ ਹਨ ਜਿਸ ਵਿੱਚ ਵੱਖ ਵੱਖ ਤੁਸੀਂ ਜਥਿਆਂ ਨੇ ਔਰ ਢਾਡੀ ਜਥਿਆਂ ਨੇ ਔਰ ਗੁਰੂ ਕੇ ਰਾਗੀ ਸਿੰਘਾਂ ਨੇ ਗੁਰੂ ਕਾ ਜਸ ਗਾਇਨ ਕੀਤਾ ਔਰ ਬਹੁਤ ਸੋਹਣਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਲਾਈਟਿੰਗ ਅਲੋਕ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਾਹਰ ਦੀਆਂ ਸੰਗਤਾਂ ਹਰ ਸਾਲ ਸ਼ਰਧਾਲੂ ਜੋ ਹਰ ਸਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫੁੱਲਾਂ ਦੀ ਡੈਕੋਰੇਸ਼ਨ ਕਰਵਾਉਂਦੇ ਨੇ ਬਾਬਾ ਦੀਪ ਸਿੰਘ ਦੇ ਸਥਾਨ ਤੇ ਬਹੁਤ ਸਾਰਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ ਔਰ ਬਾਬਾ ਦੀਪ ਸਿੰਘ ਜੀ ਦਾ ਜਨਮ 16 ਮਾਰਚ 26 ਜਨਵਰੀ 1682 ਈਸਵੀ ਵਿੱਚ ਪਿੰਡ ਪਹੁਵਿੰਡ ਸਾਹਿਬ ਹੋਇਆ। ਸਾਧ ਸੰਗਤ ਜੀ ਪਿਤਾ ਭਗਤਾ ਸੰਗਤ ਜੀ ਪਿਤਾ ਭਗਤ ਵੀ ਕਿਹਾ ਜਾਂਦਾ ਹੈ ਔਰ ਪਿਤਾ ਭਗਤਾ ਵੀ ਕਿਹਾ ਜਾਂਦਾ ਹੈ ਔਰ ਪਿਤਾ ਭਗਤਾ ਔਰ ਭਗਤ ਜੀ ਦੇ ਗ੍ਰਹਿ ਵਿਖੇ ਹੋਇਆ ਉੱਥੇ ਵੀ ਮਿਲਾਰੀਆਂ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਔਰ ਦੇਸ਼ ਔਰ ਵਿਦੇਸ਼ ਜਿੱਥੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਹਨ ਉੱਥੇ ਉੱਥੇ ਮਿਲਾਰੀਆਂ ਦੇਸ਼ਾਂ ਔਰ ਵਿਦੇਸ਼ਾਂ ਤੱਕ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾ ਰਹੀਆਂ। ਇਹ ਜੋ ਅਸਥਾਨ ਆਪ ਦੀ ਦਰਸ਼ਨ ਦਾਰੇ ਕਰਿਓ ਇੱਥੇ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗਤ ਜੀ ਸੰਸਕਾਰ ਹੋਇਆ ਸੋ ਇਹ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਕਿਰਪਾ ਦੇ ਨਾਲ ਸੰਗਤ ਐਤਵਾਰ ਦੇ ਐਤਵਾਰ ਚੁਪਹਿਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ ਸੋ ਅੱਜ ਸੈਚਰਡੇ ਵਾਲੇ ਦਿਨ ਵੀ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਤਰ੍ਹਾਂ ਤਰ੍ਹਾਂ ਦੇ ਸੰਗਤਾਂ ਵੱਲੋਂ ਗੁਰੂ ਕੇ ਲੰਗਰ ਸਜਾਏ ਗਏ ਹਨ ਔਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੇਕ ਦੇ ਲੰਗਰ ਗੁਰੂ ਸਾਹਿਬ ਜੀ ਕਿਰਪਾ ਨਾਲ ਕੇਕ ਦੇ ਲੰਗਰ ਲਗਾਏ ਗਏ ਹਨ ਬੇਨਤ ਗੁਰੂ ਕੇ ਲੰਗਰ ਲਗਾਏ ਗਏ ਹਨ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ। ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਚੜ੍ਹਦੀ ਕਲਾ ਵਿੱਚ ਰਹੋ ਨਸ਼ਿਆਂ ਤੋਂ ਦੂਰ ਰਹੋ ਤਾਂ ਕਿ ਆਉਣ ਵਾਲੀ ਸਮਾਂ ਚੜ੍ਹਦੀ ਕਲਾ ਵਿੱਚ ਹੋਵੇ ਉਹੀ ਮੈਸੇਜ ਆ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇ। ਅਸੀਂ ਵਿੱਚ ਪਲਾਏ ਸੁੱਖ ਨਾਹੀਂ ਬਹੁਤੇ ਦਿਨ ਖਾਟੇ ਸੁੱਖ ਨਾਹੀਂ ਪੇਕੇ ਨਿਰਪਣਾ ਦੇ ਸੁੱਖ ਤਾਂ ਆਮ ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਹੀ ਮਿਲਦਾ ਹੈ ਸੇਵਾ 'ਚ ਵੀ ਸੁੱਖ ਮਿਲਦਾ ਹੈ ਤਾਂ ਕਿ ਦਰਿਆ ਵੀ ਸੁੱਖ ਤੁਹਾਨੂੰ ਆਪਣੇ ਆਪ ਹੀ ਮਿਲ ਜਾਣੇ ਸੋ ਚੜ੍ਹਦੀ ਕਲਾ ਵਿੱਚ ਰਹੋ ਹਰ ਮਦਾਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।